ਜਿੱਥੇ ਨਹੀਂ ਲੋਕ ਉੱਥੇ ਭੈਣੀ ਗੋਡੇ ਦਾ ਖੇਤਰ ਲਾਇਆ ਹੋਇਆ ਹੈ। ਸਾਡੇ ਬੇਚਣਾ ਝੂਠੀਆਂ ਖਬਰਾਂ ਲਵਾ ਤੀਆਂ ਵੀ ਅਸੀਂ ਵਿਖਾ ਦਿੱਤਾ, ਕੋਈ ਹੋਇਆ ਆਹ 50 ਘਰਾਂ ਦੇ ਵਿੱਚ ਪਾਣੀ ਵੜ ਰਿਹਾ, ਅੰਦਰ ਛੱਪੜ ਭਰਿਆ ਪਿਆ, ਉੱਧਰ 2 ਕਿੱਲਿਆਂ ਦੇ ਵਿੱਚ ਛੱਪੜਾ ਖਾਲੀ ਪਿਆ, ਉਹਦੇ ਵਿੱਚ ਵੀ ਪੰਚਾਇਤ ਮੈਂਬਰ ਆ ਜਿਹੜਾ ਉਹਦੀ ਜ਼ਮੀਨ ਲਾਗੇ ਲੱਗਦੀ ਆ, ਉਹਦੇ ਵਿੱਚ ਪਾਣੀ ਪੰਚਾਇਤ ਵਾਲੇ ਸਾਰੇ ਉਹਦੀ ਮਦਦ ਕਰਦੇ। ਧਰਮ ਸਾਡੇ ਪਿੰਡ ਦੇ ਵਿੱਚ ਇਹ ਕਹਿ ਕੇ ਗਿਆ ਸੀ ਮੈਂ ਸੀਵਰੇਜ ਪਵਾ ਕੇ ਜਾਊਂ, ਸਾਡੇ ਮੁੜ ਕੇ ਨੀ ਜੀ ਆ ਕੇ ਖੜੇ ਆਉਣੇ, ਉਹ ਸਾਰਾ ਦੇਖ ਰਿਹਾ ਕਿੰਨਾ ਬੁਰਾ ਹਾਲ ਆ। ਪੰਚਾਇਤ ਸੈਕਟਰੀ ਨੂੰ ਇਹ ਮੁੰਡਾ ਮਿਲਿਆ ਹੋਇਆ ਜੀ, ਅਸੀਂ ਤਾਂ ਕਦੇ ਮਿਲੇ ਨੀ। ਸਾਡੇ ਮੇਨ ਪੁਆਇੰਟ ਪਤਾ ਕੀ ਹੈ, ਆਹ ਟੋਭੇ ਦਾ ਹੱਲ ਪਹਿਲਾਂ ਤਾਂ ਵੋਟਾਂ ਲਈ ਰੱਖਿਆ ਗਿਆ ਸੀ ਇਹ, ਫਿਰ ਉਹਦੀ ਬਾਅਦ ਵਿੱਚ ਜਿਹੜਾ ਵੀ ਸਰਪੰਚ ਆਉਂਦਾ ਸੀ ਮੈਂ ਟੋਭਾ ਚੁਕਾਊਂਗਾ, ਸੀਵਰੇਜ ਦਵਾਊਂਗਾ, ਮੰਤਰੀ ਸਾਹਿਬ ਨੇ ਪੈਸੇ ਪਵਾਊਂਗਾ ਵੀ ਕਰਾਂਗੇ, ਅਤੇ ਇਸ ਟਾਈਮ ਤੁਸੀਂ ਜਾ ਕੇ ਟੋਭੇ ਦਾ ਪਾਣੀ ਚੱਕੋ, ਚੱਕ ਕੇ ਪੈਪ ਦੱਬ ਕੇ ਦੂਸਰੇ ਟੋਭੇ ਵਿੱਚ ਪਾਤਾ, ਜਦੋਂ ਕਿ ਉਹ ਵੀ ਪੰਚਾਇਤ ਮੈਂਬਰ ਆ ਹਰਜੀਤ ਸਿੰਘ ਦਾ, ਜਿਹਦੇ ਜ਼ਮੀਨ ਨਾਲ ਲੱਗਦੀ ਹੈ, ਇਸ ਟਾਈਮ ਤੁਸੀਂ ਲਾਈਵ ਜਾ ਕੇ ਦੇਖ ਸਕਦੇ ਹੋ, ਉੱਥੇ ਜਾ ਕੇ ਟੋਭਾ ਖਾਲੀ ਪਿਆ ਬਿਲਕੁਲ। ਅਤੇ ਸਾਡੇ ਅਸਲ ਮੇਂ ਪਿੰਡ ਦੇ ਵਿੱਚ ਕੀ ਹੈ, ਜਿਹੜੀ ਪੰਚਾਇਤ ਹੈ ਵਿਕਾਸ ਦੀਆਂ ਫੋਟੋ ਲਵਾ ਰਹੀ ਹੈ, ਤੁਸੀਂ ਪਹਿਲਾਂ ਤਾਂ ਅਜੀਤ ਅਖਬਾਰ ਦੇਖ ਸਕਦੇ ਹੋ, ਉਹਦੇ ਵਿੱਚ ਫੋਟੋ ਆਈ ਹੋਈ ਹੈ ਵੀ ਸਾਡੇ ਪਿੰਡ ਦੇ 70 ਸਾਲਾਂ ਦਾ ਵੀ ਇੰਨਾ ਵਿਕਾਸ ਹੋ ਚੁੱਕਿਆ, ਇੰਨਾ ਕੁਛ ਹੋ ਗਿਆ, ਆਹ ਤੁਹਾਡੇ ਸਾਹਮਣੇ ਵਿਕਾਸ ਪਿਆ, ਆਹ ਪਬਲਿਕ ਦੱਸ ਰਹੀ ਹੈ ਤੁਹਾਨੂੰ ਸਾਡੀ ਪੰਚਾਇਤ ਨੇ ਕੀ ਕੁਛ ਕੀਤਾ, ਠੀਕ ਹੈ ਜੀ। ਅਤੇ ਦੂਜਾ ਨੰਬਰ ਮੈਂ ਤਾਂ ਇਹ ਚਾਹੁੰਦਾ ਜਿਹੜਾ ਪੈਸਾ ਆਇਆ ਉਹਦੀ ਜਾਂਚ ਆਉਣੀ ਚਾਹੀਦੀ ਹੈ, ਠੀਕ ਹੈ ਜੀ। ਅਤੇ ਉੱਧਰ ਜਾ ਕੇ ਟੋਭੇ ਦੇ ਤੁਸੀਂ ਲਾਈਵ ਦੇਖ ਲਓ, ਉੱਥੇ ਜਾ ਕੇ ਬੁੱਝੇ ਉਡਾ ਕੇ ਨਾ ਉਹਦੇ ਮੂਹਰੇ
ਪਾਈਪਾਂ ਦੇ ਮੂਹਰੇ ਬੰਦ ਕੀਤਾ ਪਿਆ ਪਾਣੀ ਨਿਕਲਦਾ। ਹੁਣ ਇਹ ਲੋਕ ਕਿੱਥੇ ਜਾਣ? ਇੰਨਾ ਉਹ ਹੋ ਰਿਹਾ ਬੁਰਾ ਹਾਲ, ਇਹਨਾਂ ਦੇ ਬੱਚਿਆਂ ਨੂੰ ਬਿਮਾਰੀਆਂ ਲੱਗਣਗੀਆਂ ਇੱਥੇ। ਨਹੀਂ ਸਰ, ਤੁਹਾਡੇ ਜਿਹੜੇ ਬੰਦੇ ਨੇ ਤੁਹਾਡੇ ਤਾਂ ਸਹਿਮਤ ਨੇ ਵੀ ਇਹ ਇਨਕੁਆਇਰੀ ਕਰਾਉਣ ਦੇ ਹੱਕ 'ਚ ਨੇ? ਇਹ ਤਾਂ ਜੀ ਇਸ ਟਾਈਮ ਸਹਿਮਤ ਨੇ ਸਾਰੇ ਵੀ ਹਾਂ ਅਸੀਂ ਇਨਕੁਆਇਰੀ ਚਾਹੁੰਦੇ ਹਾਂ, ਪਰ ਹੁਣ ਕੀ ਕਰੀਏ? ਕੁਛ ਜਿਹੜੇ ਸਾਡੇ ਨਾ ਜਿਹੜੇ ਲਾ ਲਓ ਆਗੂ ਨੇ, ਕਾਂਗਰਸੀ ਆਗੂ ਆ ਜਿਵੇਂ, ਉਹ ਇਹ ਲੋਕਾਂ ਨੂੰ ਹੁਣ ਛੁੱਕ ਗਿਆ ਬਾਈ ਜੀ ਇਹਦਾ ਟੋਭਾ, ਇੱਕ ਰਾਹ ਲਾ ਲਾ ਕੇ ਮਿੱਟੀ ਕੱਢੀ ਹੈ ਜੋ ਸਾਡੀ ਪੰਚਾਇਤ ਦੇ ਕੁੱਤੀ ਆ। ਦੋ ਲੱਖ ਰੁਪਏ ਦਾ ਇੰਨਾ ਕੁ ਟੋਟਾ ਬਣਾਇਆ ਇਹਦੇ ਵਿੱਚ ਖਾ ਗਏ ਇਹ। ਉਹਦੇ ਵਿੱਚ ਜੀ ਸਾਰੇ ਨਾ ਉੱਥੇ ਉਹ ਬੁੱਜਾ ਲਾ ਦਿੰਦੇ, ਉੱਥੇ ਦੋ ਵਾਰੀ ਬੁੱਜਾ ਕੱਢਿਆ ਸੀ, ਪਾਣੀ ਵਿੱਚ ਨਹੀਂ ਆਉਣ ਦਿੰਦੇ, ਸੱਪੜ ਖਾਲੀ ਪਿਆ, ਸਾਡੇ ਪੈਰ ਗਲੇ ਪਏ ਨੇ, ਸਾਰੇ ਘਰਾਂ 'ਚ ਪਾਣੀ ਵੜਿਆ ਪਿਆ। ਜਾ ਕੇ ਮੌਕਾ ਦੇਖ ਸਕਦੇ ਹੋ ਸਰ ਹੁਣ ਸਾਡਾ ਬਾਈ ਜੀ 2 ਕਿੱਲੇ ਨੇ ਸਾਡੇ, 2 ਕਿੱਲਿਆਂ ਦੇ ਵਿੱਚ ਨਾ ਮਤਲਬ ਅਸੀਂ 7 ਲੱਖ ਦੀ ਮਿੱਟੀ ਪਾਤੀ ਅਤੇ ਤਾਂ